subscribe to our YouTube channel. Press the bell icon to get the latest update. ਇੱਕ ਪਾਸੇ ਪੰਜਾਬ ਦੇ ਵਿੱਚ ਸਿਆਸਤ ਪੱਕੀ ਹੋਈ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ। ਕਾਬਲੇ ਗੌਰ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਲੁਧਿਆਣਾ ਦੇ ਮੁੱਲਾਪੁਰ ਦਾਖਾ ਵਿਖੇ ਨਵੇਂ ਬਲਾਕ ਪ੍ਰਧਾਨ ਅਤੇ ਜ਼ਿਲ੍ਹਾ ਇੰਚਾਰਜਾਂ ਲਈ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਪ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ, ਆਪ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਆਪ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਦੇ ਨਾਲ ਨਾਲ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਸ਼ਾਮਲ ਰਹੇ। ਇਸ ਮੌਕੇ ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਸਾਰੇ ਨਵੇਂ ਬਲਾਕ ਪ੍ਰਧਾਨਾਂ ਅਤੇ ਜ਼ਿਲ੍ਹਾ ਇੰਚਾਰਜਾਂ ਨੂੰ ਸਹੁੰ ਚੁਕਵਾਈ। ਜਿਸ ਤੋਂ ਬਾਅਦ ਕੀ ਕਹਿਣਾ ਹੈ ਵਿਧਾਇਕ ਅਤੇ ਮੰਤਰੀਆਂ ਦਾ ਤੁਸੀਂ ਵੀ ਸੁਣ ਲਵੋ। ਅੱਜ ਸਾਡੀ ਪਾਰਟੀ ਦਾ ਸਹੁੰ ਚੁੱਕ ਸਮਾਗਮ। ਪਾਰਟੀ ਨੇ ਜਿਹੜੇ ਸਹੀ ਬੈਣ, ਪਾਰਟੀ ਦੇ ਵਫ਼ਾਦਾਰ ਬੰਦ, ਪਾਰਟੀ ਦੇ ਹਰ ਹਲਕੇ ਵਿੱਚ ਕੰਮ ਕਰਨ ਵਾਲੇ ਵਧੀਆ ਵਰਕਰਾਂ ਨੂੰ ਜਿਹੜਾ ਉਹ ਪਾਰਟੀ ਦਾ ਅਹੁਦੇਦਾਰ ਬਣਾਇਆ ਔਰ ਅੱਜ ਉਹਨਾਂ ਨੂੰ ਓਥ ਦਵਾਈ ਜਾ ਰਹੀ ਹੈ। ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਾਡੇ ਨੈਸ਼ਨਲ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕ ਜੀ ਜਿਹੜੇ ਐੱਮ ਪੀ ਦੇ, ਉਹ ਵੀ ਆਏ ਆ। ਉਹ ਅੱਜ ਇੱਥੇ ਓਥ ਜਿਹੜੀ ਹੈ ਉਹ ਦਵਾਉਣਗੇ। ਸੋ ਮੈਂ ਇਹਨਾਂ ਸਭ ਮਤਲਬ ਪ੍ਰਧਾਨਾਂ ਨੂੰ ਵਧਾਈ ਦਿੰਦਾ ਔਰ ਪਾਰਟੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਚੋਣ ਜਿਹੜੀ ਆ ਬਹੁਤ ਸਹੀ ਅਤੇ ਬਹੁਤ ਵਧੀਆ। ਸਰ ਜੀ, ਅਸੀਂ ਬਿਲਕੁਲ ਤਿਆਰ ਹਾਂ। ਜਿੱਦਾਂ ਵੀ ਇਲੈਕਸ਼ਨ ਅਨਾਊਂਸ ਹੋਊਗਾ, ਆਮ ਆਦਮੀ ਪਾਰਟੀ ਇਲੈਕਸ਼ਨ 'ਚ ਜਾਣ ਲਈ ਬਿਲਕੁਲ ਤਿਆਰ ਪਰ ਤਿਆਰ ਬੈਠੀ ਹੈ ਔਰ ਜਦੋਂ ਵੀ ਅਨਾਊਂਸ ਹੋ ਗਿਆ ਔਰ ਇਲੈਕਸ਼ਨ ਜਿਹੜੀ ਆ ਪੰਜਾਬ ਦੇ ਜਿੱਤਾਂਗੇ। ਸਰ, ਇੱਕ ਤਰੀਕ ਨੂੰ ਮਹਾਂ ਡਿਬੇਟ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ, ਮੁੱਖ ਮੰਤਰੀ ਸਾਹਿਬ ਵੱਲੋਂ ਖੁੱਲ੍ਹਾ ਸੱਦਾ ਦਿੱਤਾ ਗਿਆ, ਲੋਕਾਂ ਨੂੰ ਵੀ, ਪੰਜਾਬੀਆਂ ਨੂੰ ਵੀ ਕਹਿੰਦੇ ਕਿ ਆਓ ਡਿਬੇਟ ਦਾ ਹਿੱਸਾ ਬਣੋ। ਕੀ ਲੱਗਦਾ ਵੀ ਦੂਜੀਆਂ ਪਾਰਟੀਆਂ ਦੇ ਵਿੱਚੋਂ, ਕਿਉਂਕਿ ਕਹਿਦਾ ਆਪਣੇ ਬੀਜੇਪੀ ਦੇ ਜਿਹੜੇ ਨੇ ਪੰਜਾਬ ਪ੍ਰਧਾਨ ਨੇ, ਉਹਨਾਂ ਨੇ ਤਾਂ ਕਹਿੰਦਾ ਕਿ ਆਵਾਂਗੇ। ਸਰ ਜੀ, ਸੀਐਮ ਸਾਹਿਬ ਨੇ ਸਭ ਨੂੰ ਸੱਦਿਆ ਅਤੇ ਮੇਰਾ ਖਿਆਲ ਸਭ ਨੂੰ ਆਉਣਾ ਚਾਹੀਦਾ। ਜਾਖੜ ਸਾਹਿਬ ਨੇ ਕੱਲ੍ਹ ਕਿਹਾ ਵੀ ਮੈਂ ਆਊਂਗਾ, ਪਰ ਉਹ ਜਾਖੜ ਸਾਹਿਬ ਜਦੋਂ ਆਉਣ ਦੀ ਗੱਲ ਕਰਦੇ ਨਾ ਅਤੇ ਨਾਲ ਉਹ ਬੱਚਿਆਂ ਨੂੰ ਸ਼ਰਤਾਂ ਬੜੀਆਂ ਦੱਸਦੇ। ਹਾਂ, ਉਹ ਬੱਚੇ ਵਾਲੀਆਂ ਗੱਲਾਂ ਬਹੁਤ ਕਰਦੇ ਆ ਅਤੇ ਇਹ ਸ਼ਰਤਾਂ ਨਾਲ ਨਹੀਂ ਇੱਦਾਂ ਦੀ ਗੱਲ ਹੁੰਦੀ। ਜਦੋਂ ਤੈਅ ਕਰਤਾ ਸੀਐਮ ਸਾਹਿਬ ਨੇ ਤੁਹਾਨੂੰ ਸੱਦਿਆ, ਪੰਜਾਬ ਦੇ ਮੁੱਖ ਮੰਤਰੀ ਨੇ ਇਨਵਾਈਟ ਕੀਤਾ, ਆ ਕੇ ਉੱਥੇ ਆਪਣਾ ਰੱਖੋ। ਸਵਾਲ ਤਾਂ ਇਹ ਸਰ ਕਿ 75 ਸਾਲ ਪੰਜਾਬ ਦੇ ਵਿੱਚ ਰਾਜ ਰਿਹਾ ਬੀਜੇਪੀ ਦਾ, ਅਕਾਲੀ ਦਲ ਦਾ, ਕਾਂਗਰਸ ਦਾ, 75 ਸਾਲ ਪੰਜਾਬ ਕਿੰਨੇ ਲੁੱਟਿਆ। ਪੰਜਾਬ ਦੇ ਅੰਦਰ ਜਿਹੜਾ ਪਾਣੀ ਹੈ ਸਾਡਾ 250-300 ਫੁੱਟ ਥੱਲੇ ਚੱਲ ਗਿਆ। ਐੱਸ ਵਾਈ ਐੱਲ ਨਹਿਰ ਦੇ ਸੌਦੇ ਕਿੰਨੇ ਕੀਤੇ, ਡੀਲਾਂ ਕਿੰਨੇ ਕੀਤੀਆਂ, ਕਾਂਗਰਸ ਅਕਾਲੀਆਂ ਕੀਤੀਆਂ, ਬੀਜੇਪੀ ਵਾਲਿਆਂ ਕੀਤੀਆਂ, ਜਿਹੜੇ ਸੱਤਾ ਦੇ ਵਿੱਚ ਹੀ, ਦੂਜਿਆਂ ਦੇ ਕਿਸੇ ਨੇ ਕੀਤੀਆਂ ਨਹੀਂ। ਪੰਜਾਬ ਦੇ ਸਿਰ 'ਤੇ 300,000 ਕਰੋੜ ਦਾ ਕਰਜ਼ਾ ਚੜ੍ਹ ਗਿਆ, ਉਹ ਇਹਨਾਂ ਦੀਆਂ ਨਲਾਇਕੀਆਂ ਕਰਕੇ ਚੜ੍ਹਿਆ। ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ, ਪੰਜਾਬ ਦਾ ਯੂਥ ਜਿਹੜਾ ਪੰਜਾਬ 'ਚੋਂ ਪ੍ਰਵਾਸ ਕਰ ਗਿਆ। ਇੱਕ ਵੱਡੀ ਦੌੜ ਲੱਗੀ ਆ ਬਾਹਰਲੇ ਦੇਸ਼ਾਂ ਜਾਣ ਦੀ, ਕਿਉਂਕਿ ਪੰਜਾਬ ਦੇ ਅੰਦਰ ਸਿਸਟਮ ਸਹੀ ਨਹੀਂ ਸੀਗਾ। ਇਹਨਾਂ ਗੱਲਾਂ ਦਾ ਜਵਾਬ ਦੇਣਾ ਆ ਕੇ ਜਾਖੜ ਸਾਹਿਬ, ਕਿਉਂਕਿ ਜਾਖੜ ਕੋਈ ਆਮ ਬੰਦਾ ਨਹੀਂ ਹੈ। ਸਰ, ਜਾਖੜ ਸਾਹਿਬ ਨੂੰ ਦੱਸਣਾ ਪਊਗਾ ਕਿ ਜਿੱਦਣ ਐੱਸ ਵਾਈ ਐੱਲ ਦੀ ਨਹਿਰ ਦੀ ਟੱਪ ਲੱਗਾ ਸੀਗਾ, ਇੰਦਰਾ ਗਾਂਧੀ ਜੀ ਨੇ ਕਪੂਰੀ ਟੱਪ ਲਾਇਆ ਤਾਂ ਉਦੋਂ ਉਹਦੇ ਬਾਪ ਨਾਲ ਸੀਗੇ, ਉਹਨਾਂ ਦੇ ਪਿਤਾ ਜੀ ਚੌਧਰੀ ਬਦਾਮ ਜਾਖੜ ਜੀ ਹਿੰਦੁਸਤਾਨ ਦੇ ਸਪੀਕਰ ਰਹੇ ਆ, ਹਿੰਦੁਸਤਾਨ ਦੇ ਐਗਰੀਕਲਚਰ ਮਿਨਿਸਟਰ ਰਹੇ ਆ, ਪੰਜਾਬ 'ਚ ਵਿਰੋਧੀ ਧਿਰ ਦੇ ਨੇਤਾ ਰਹੇ ਆ, ਗਵਰਨਰ ਰਹੇ, ਬੜੇ ਬੜੇ ਅਹੁਦੇ 'ਤੇ ਰਹੇ। ਉਹਨਾਂ ਦਾ ਰੋਲ ਜਿਹੜਾ ਉਹ ਸਰ ਜਾਖੜ ਸਾਹਿਬ ਨੂੰ ਦੱਸਣਾ ਚਾਹੀਦਾ। ਉਹਦੇ ਮਾੜੀ ਗੱਲ ਹੈ ਕਿ ਜਦੋਂ ਵੀ ਪੰਜਾਬ 'ਚ, ਜਦੋਂ ਵੀ ਪਿਛਲੇ 50-60 ਸਾਲਾਂ 70 ਸਾਲਾਂ ਜਦੋਂ ਵੀ ਦਿੱਲੀ ਦੇ ਵਿੱਚ ਹਕੂਮਤ ਜਿਹਦੀ ਵੀ ਸੀ, ਜਦੋਂ ਵੀ ਪੰਜਾਬ ਦੇ ਵਿਰੁੱਧ ਕੋਈ ਫੈਸਲੇ ਹੋਏ, ਸਿੱਖਾਂ ਦੇ ਖਿਲਾਫ਼ ਜਦੋਂ ਫੈਸਲੇ ਹੋਏ, ਸਰ ਉਦੋਂ ਜਾਖੜ ਦਾ ਪਰਿਵਾਰ ਅਤੇ ਜਾਖੜ ਦੇ ਪਿਤਾ ਜੀ ਦਿੱਲੀ ਹਕੂਮਤ ਦੇ ਨਾਲ ਖੜ੍ਹਦੇ ਰਹੇ, ਚਾਹੇ ਉਹ ਕਾਂਗਰਸ ਸੀਗੀ ਚਾਹੇ ਕੋਈ ਵੀ ਸੀ। ਅੱਜ ਬੀਜੇਪੀ ਨੇ 750 ਕਿਸਾਨ ਬੀਜੇਪੀ ਦੇ ਰਾਜ ਦੇ ਵਿੱਚ ਦਿੱਲੀ ਦੀਆਂ ਸੜਕਾਂ ਦੇ ਉੱਤੇ ਵਧਿਆ, ਅੱਜ ਜਾਖੜ ਸਾਹਿਬ ਉਹਨਾਂ ਨਾਲ ਖੜ੍ਹੇ। ਜਦੋਂ ਦਿੱਲੀ ਦੇ ਵਿੱਚ ਦੰਗੇ ਹੋਏ, ਦਿੱਲੀ ਦੇ ਸਿੱਖਾਂ ਦਾ ਕਤਲੇਆਮ ਹੋਇਆ ਔਰ ਜਿੱਥੇ ਬਦਾਮ ਜਾਖੜ ਉਹਨਾਂ ਦਾ ਘਰ ਹੈ ਉਹਦੇ ਬਿਲਕੁਲ ਨੇੜੇ ਦੰਗੇ ਹੋਏ ਸੀਗੇ, ਉਦੋਂ ਵੀ ਜਾਖੜ ਸਾਹਿਬ ਇੰਦਰਾ ਗਾਂਧੀ ਦੇ ਪਰਿਵਾਰ ਨਾਲ ਖੜ੍ਹੇ, ਨਹਿਰੂ ਪਰਿਵਾਰ ਨਾਲ ਖੜ੍ਹੇ, ਕਾਂਗਰਸ ਨਾਲ ਖੜ੍ਹੇ, ਸਿੱਖਾਂ ਨਾਲ ਨਹੀਂ ਖੜ੍ਹੇ। ਸਰ, ਮੈਂ ਉਹੀ ਗੱਲ ਕਹਿਣ ਡਿਆ ਕਿ ਬੱਚਿਆਂ ਵਾਲੀਆਂ ਗੱਲਾਂ ਕਰ ਰਹੇ ਜਾਖੜ ਸਾਹਿਬ, ਇਹ ਬੱਚਿਆਂ ਵਾਲੀਆਂ ਗੱਲਾਂ, ਇਹ ਕੋਈ ਗੱਲ ਥੋੜ੍ਹੀ ਆ। ਜਿਹੜਾ ਬੰਦਾ ਸਟੇਜ ਕਰਦਾ ਉਹਨੇ ਕੀ ਕਰਨਾ ਜੀ, ਉਹਨੇ ਉਹਦੇ ਸਟੇਜ 'ਤੇ ਅੱਧਾ ਮਿੰਟ ਵੀ ਦੌੜਾਉਂਦਾ ਸੀ ਐੱਮ ਸਾਹਿਬ ਨੂੰ ਸੱਦਣ, ਸੀ ਐੱਮ ਸਾਹਿਬ ਬੋਲ ਕੇ ਹਟਣਗੇ,
ਉਹ ਇੰਨਾ ਉਹਨਾਂ ਨੇ ਕਹਿਣਾ ਕਿ ਚੌਧਰੀ ਬਦਾਮ ਆਪਣੇ ਸੁਨੀਲ ਜਾਖੜ ਜੀ ਬੋਲਣਗੇ, ਜੇ ਕਾਂਗਰਸ ਅਕਾਲੀ ਦਲ ਦੇ ਕੋਈ ਲੀਡਰ ਆਏ ਉਹ ਬੋਲਣਗੇ, ਐਦੀ ਗੱਲ ਹੀ ਹੈ ਨਾ ਜੀ। ਉਹ ਜਿਹੜਾ ਜੋੜਾ ਨਿਰਮਲ, ਉਹ ਸਰ ਕੋਈ ਐਂ ਨਹੀਂ ਹੈ, ਟੋਪ ਦਾ ਪ੍ਰੋਫੈਸਰ ਹੈ, ਡਾਇਰੈਕਟਰ ਹੈ, ਉਹ ਕੋਈ ਇੱਦਾਂ ਨਹੀਂ ਕਿ ਐਵੇਂ ਹੀ ਸੀ ਐਮ ਸਾਹਿਬ ਨੇ ਚੋਣ ਕਰ ਲਈ ਹੈ। ਸਰ ਭਗਵੰਤ ਮਾਨ ਪੰਜਾਬ ਦੇ ਸਭ ਲੋਕਾਂ ਦਾ ਦੋਸਤ ਹੈ, ਭਗਵੰਤ ਨੂੰ ਪੰਜਾਬ ਦੇ ਸਾਰੇ ਲੋਕਾਂ ਨੇ ਵੋਟਾਂ ਪਾਈਆਂ, ਬਾਣ ਨੇ MLA ਬਣਾਇਆ, ਇਕੱਲਾ ਨਿਰਮਲ ਜੋੜਾ ਨਹੀਂ, ਪੰਜਾਬ 'ਚ ਸਭ ਲੋਕ ਸਮੁੱਚੇ ਪੰਜਾਬੀ ਜਿਹੜੇ ਆ ਉਹ ਮਾਨ ਸਾਹਿਬ ਦੇ ਦੋਸਤ ਆ। ਇਸ ਕਰਕੇ ਕਈ ਜਣਾ ਕਿ ਦੋਸਤੀ ਨਿਭਾਈ ਹੈ ਜੀ ਜਾਖੜ ਦੀ, ਜਾਖੜ ਦੀ ਤਾਂ ਸਰ ਗੱਲ ਦੀ ਸਮਝ ਨਹੀਂ ਲੱਗੀ ਵੀ ਉਹ ਕਹਿਣਾ ਕੀ ਚਾਹੁੰਦੇ। ਜਾਖੜ ਸਾਹਿਬ ਨੂੰ ਮੈਂ ਕਹਿ ਰਿਹਾ ਕਿ ਸਰ ਇਹ ਦੱਸੋ ਕਿ ਪੰਜਾਬ, ਹਿੰਦੀ 'ਚ ਕਹਾਂ ਨਾ ਉਹ ਜਿਹੜਾ ਕਹਿੰਦੇ ਹੁੰਦੇ ਆ ਕਿ ਇੱਧਰ ਉੱਧਰ ਕੀ ਬਾਤ ਮਤ ਕਰ, ਜੇ ਪੰਜਾਬ ਜੇ ਬੱਚਾ ਜੇ ਬਤਾ ਕਿ ਪੰਜਾਬ ਕਿਸ ਨੇ ਲੁੱਟਾ, ਪੰਜਾਬ ਕੈਸੇ ਲੁੱਟਾ, 75 ਸਾਲ 'ਚ ਰਹੇ ਰਾਜ ਕੀਤਾ ਤੁਹਾਡੇ ਪਰਿਵਾਰ ਨੇ, ਇਹ ਦੱਸੋ ਆ ਕੇ ਇੱਧਰ ਉੱਧਰ ਦੀਆਂ ਗੱਲਾਂ ਨਾ। ਉਹ ਤੁਹਾਨੂੰ ਕਿਹਨੇ ਕੀਤਾ? ਮੈਂ ਤੁਹਾਨੂੰ ਦੱਸਿਆ ਨਾ ਉਹ ਗੱਲਾਂ ਉਹ ਕਰਦੇ ਆ ਜਿਹਨਾਂ ਗੱਲਾਂ ਦੀ ਕੋਈ ਤਲਕਵਾ ਸੀ, ਮੁੱਦੇ ਤੇ ਦੱਸੇ, ਮੁੱਦੇ ਦੱਸਦੇ ਸੀ ਸੀਐਮ ਸਾਹਿਬ ਨੇ ਕਿ 75 ਸਾਲ 'ਚ ਜੋ ਕੀਤਾ ਦੱਸੋ ਆ ਕੇ, ਸਾਨੂੰ ਦੱਸਣ ਨਾ 75 ਸਾਲ 'ਚ ਕੀ ਕੀਤਾ, ਤੈਅ ਕੀਤਾ ਇਹ ਗੱਲ, ਅਸੀਂ ਦੱਸਾਂਗੇ, ਸੀਐਮ ਸਾਹਿਬ ਦੱਸਣਗੇ 18 ਮਹੀਨਿਆਂ ਸਾਡੀ ਸਰਕਾਰ ਨੇ ਕੀਤਾ, ਤੁਸੀਂ ਦੱਸੋ ਆ ਕੇ ਹਰਪਨਾ ਨੰਬਰ, ਫਲਾਣਾ ਨੰਬਰ, ਢੀਂਗੜਾ ਨੰਬਰ, ਕਿਹੜੇ ਨੰਬਰ ਆ ਸਰ? ਨੰਬਰ ਉਹ ਦੱਸੋ ਸਰ ਜੋ ਤੁਹਾਡੇ ਰਾਜ 'ਚ ਹੋਇਆ ਉਹ ਦੱਸੋ ਆ ਕੇ। ਲੁਧਿਆਣਾ ਯੂਨੀਵਰਸਿਟੀ ਪੰਜਾਬ ਦੀ ਰੀੜ ਦੀ ਹੱਡੀ ਹੈ ਕਿਸਾਨੀ, ਜਦੋਂ ਚੰਡੀਗੜ੍ਹ ਰੱਖਿਆ ਉਦੋਂ ਕਿਸੇ ਚੰਡੀਗੜ੍ਹ ਦੀ ਜੀ ਇੱਥੇ ਰੱਖੋ। ਮੈਂ ਤਾਂ ਇਹਨਾਂ ਨੂੰ ਗੱਲ ਕਹਿ ਰਿਹਾ, ਦੇਖੋ ਇਹ ਛੱਤਾਂ ਦਾ ਨਹੀਂ ਦਿਆ ਦੀਆਂ ਗੱਲਾਂ, ਸੀਐਮ ਸਾਹਿਬ ਨੇ ਸਹੀ ਜਗ੍ਹਾ ਚੁਣੀ ਹੈ, ਸਭ ਦੀ ਜਗ੍ਹਾ ਸਹੀ ਬੰਦਾ ਚੁਣਿਆ ਜਿਹਨੇ ਸਟੇਜ ਦਾ ਵਕਤਾ, ਇਸ ਕਰਕੇ ਕੋਈ ਇੱਧਰ ਉੱਧਰ ਦੀ ਗੱਲ ਕਰਨ ਦੀ ਬਜਾਏ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ। ਉਹ ਸਰ ਕਿਉਂ ਨਹੀਂ ਕਰਦੀ? ਉਹ ਇਸੇ ਕਰਕੇ ਕਿ ਤੁਹਾਨੂੰ ਦੱਸਿਆ ਨਾ ਬਹਾਨੇ ਲੱਭਦੇ ਸਾਰੇ, ਅਸੀਂ ਤਾਂ ਕਹਿੰਦੇ ਸੁਖਬੀਰ ਬਾਦਲ ਆਵੇ, 78 ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਜਿਹੜਾ SOIL 'ਤੇ ਨੋਟੀਫਿਕੇਸ਼ਨ ਕੀਤਾ ਸੀ, ਦੇਵੀ ਲਾਲ ਨਾਲ ਜਿਹੜੀ ਦੋਸਤੀ ਨਿਭਾਈ ਸੀ ਉਹ ਆ ਕੇ ਦੱਸਣ ਲੋਕਾਂ ਨੂੰ, ਉਹ ਦੱਸਣ ਦੀ ਬਜਾਏ ਬਹਾਨਾ ਵੇਖੋ ਕੀ। ਪੰਜਾਬ ਦੇ ਲੋਕਾਂ ਨੇ 92 MLA ਜਿਤਾਏ ਆ ਭਗਵੰਤ ਮਾਨ ਦੀ ਅਗਵਾਈ 'ਚ, ਸੁਖਬੀਰ ਦਾ ਕੀ ਬਣਨਾ ਜੀ? ਉਹਦੇ 3 ਨੇ ਪੰਜਾਬ 'ਚ ਜਮਾਨਤਾਂ ਜਬਤ ਹੋਈਆਂ ਇਹਨਾਂ ਦੀ, ਆਪਣੀਆਂ, ਆਪਣੇ ਡੈਡੀ ਦੀਆਂ, ਇਹਦੀਆਂ, ਮਜੀਠੀਆ ਸਾਹਿਬ ਦੀਆਂ। ਇਹ ਵੀ ਉੱਦਾਂ ਹੀ ਗੱਲਾਂ ਮਾਰੀ ਜਾਂਦੇ, ਅਸੀਂ KDL ਨਾਲ ਬਹਿਸ ਕਰਾਂਗੇ ਜੀ, ਭਰ ਕੇ KDL ਆਜੂ ਫਿਰ ਪਤਾ ਜੀ ਕਿਹਨੂੰ ਕਹਿਣਗੇ ਉਹਦੇ ਨਾਲ ਬਹਿਸ ਕਰਾਂਗੇ। ਸਰ ਤੁਸੀਂ ਇੱਥੇ ਆਓ, ਤੁਸੀਂ ਉਦੋਂ ਦੀ ਪਾਰਟੀ ਜਾਓ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦੇ ਉਹਦੇ ਪ੍ਰਧਾਨ ਜੇ ਆ ਕੇ ਗੱਲ ਕਰੋ। ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦੇ ਬਹਾਨੇ ਲੱਭਦੇ ਫਿਰਦੇ ਵੀ ਬਹਿਸ ਤੋਂ ਕਿੱਦਾਂ ਬਚੇ। ਉਹ ਕੋਈ ਗੱਲ ਨਹੀਂ, ਚੱਲਦੀ ਨਹੀਂ ਛੋਟੀਆਂ ਗੱਲਾਂ, ਉਹ ਬਹਿਸ ਦੀ ਗੱਲ ਕਰਦੇ ਆਪਾਂ ਜੀ। ਤਕਰੀਬਨ ਹਰ ਹਲਕੇ ਦੇ ਵਿੱਚੋਂ 15 ਤੋਂ 20 ਦੇ ਵਿੱਚ ਬਲੋਕ ਇੰਚਾਰਜ ਜਿਹੜੇ ਲੱਗੇ ਨੇ, ਉਹ ਸਾਰੇ ਹੀ ਜਿੰਨੇ ਪੰਜਾਬ ਦੇ ਵਿੱਚ ਬਲੋਕ ਇੰਚਾਰਜ ਲਗਾਏ ਗਏ ਨੇ ਉਹਨਾਂ ਨੂੰ ਅੱਜ ਸਹੁੰ ਚੁੱਕ ਸਮਾਗਮ ਦੇ ਵਿੱਚ ਬੁਲਾਇਆ ਗਿਆ, ਔਰ ਸੀਐਮ ਸਾਹਿਬ ਉਹਨਾਂ ਨੂੰ ਵਧਾਈ ਵੀ ਦੇਣਗੇ। ਔਰ ਬੜੀ ਖੁਸ਼ੀ ਦੀ ਗੱਲ ਆ ਵੀ ਪਾਰਟੀ ਦਾ ਜਿਹੜਾ ਸਟਰਕਚਰ ਆ ਦਿਨੋ ਦਿਨ ਜਿਹੜਾ ਉਹਦੀ ਹੁਣ ਬਣਨ ਦੀ ਸ਼ੁਰੂਆਤ ਹੋ ਰਹੀ ਹੈ। ਅਸੀਂ ਇਹਨਾਂ ਨੂੰ ਤਗੜੇ ਹੋ ਕੇ ਇਹੋ ਬੇਨਤੀ ਹੈ ਵੀ ਹੁਣ ਹਮਾ ਕੇ ਮਿਹਨਤ ਕਰਕੇ ਕੰਮ ਕਰੋ, ਆਮ ਆਦਮੀ ਪਾਰਟੀ ਲਈ ਰਾਤ ਦਿਨ ਜਿਹੜੀ ਅੱਗੇ ਵੀ ਇੱਕ ਕੀਤੀ ਹੈ, ਅਤੇ ਇਸ ਤੋਂ ਬਾਅਦ ਹੋਰ ਮਿਹਨਤ ਜਿਹੜੀ ਜ਼ਿੰਮੇਵਾਰੀ ਜਿਹੜੀ ਹੋਰ ਵਧੀ ਹੈ। ਸਰ ਕਾਰਪੋਰੇਸ਼ਨ ਦੀਆਂ ਮੈਂ ਕਹਿੰਦਾ ਜੀ ਪ੍ਰੋਪਰਲੀ ਤਿਆਰੀਆਂ ਸਾਡੀਆਂ ਤਿਆਰ ਨੇ ਜੀ, ਆਪਾਂ ਕਾਰਪੋਰੇਸ਼ਨ ਵਧੀਆ ਚੋਣਾਂ ਲੜਾਂਗੇ, ਔਰ ਵਧੀਆ ਜਿਹੜੇ ਆਪਣੇ ਆਗੂ ਨੇ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ। ਕਿਤੇ ਨਾ ਕਿਤੇ ਜਿਹੜੀਆਂ ਚੋਣਾਂ ਨੇ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਹੁਣ ਜਿਸ ਤਰ੍ਹਾਂ ਪਹਿਲੀ ਵਾਰੀ ਹੋਣ ਜਾ ਰਹੀਆਂ ਨੇ, ਪਾਰਟੀ ਦੀ ਜਿਹੜੀ ਆ ਆਮ ਆਦਮੀ ਪਾਰਟੀ ਜਦੋਂ ਦੀ ਆਈ ਹੈ ਸੱਤਾ ਦੇ ਵਿੱਚ ਆਈ ਹੈ, ਕਿਸ ਤਰ੍ਹਾਂ ਨਹੀਂ ਲੱਗਦਾ ਵੀ ਉਮੀਦਵਾਰਾਂ ਨੂੰ ਜਿਹੜੀਆਂ ਟਿਕਟਾਂ ਵੰਡਣ ਦੇ ਵਿੱਚ, ਜਾਂ ਕਿਉਂਕਿ 5-5, 7-7 ਉਮੀਦਵਾਰ ਜਿਹੜੇ ਨੇ ਚਾਹ ਪਾਉਣੇ ਜਿੱਦਾਂ ਹੋਣ? ਦੇਖੋ ਜੀ ਮੈਂ ਇੱਕੋ ਬੇਨਤੀ ਕਰਦਾ, ਜਿਹੜਾ ਲੋਕਾਂ ਦਾ ਚਹੇਤਾ ਹੋਊਗਾ, ਸਾਡੀ ਪਾਰਟੀ ਦਾ ਇੱਕੋ ਅਸੂਲ ਆ ਵੀ ਜਿਹੜਾ ਲੋਕਾਂ ਪ੍ਰਤੀ ਲਾਇਲ ਹੋਊਗਾ, ਲੋਕਾਂ ਨੂੰ ਲੱਗੇ ਵੀ ਇਹ ਬੰਦਾ ਸਾਡਾ ਕੰਮ ਕਰ ਸਕਦਾ, ਉਹਨਾਂ ਨੂੰ ਅੱਗੇ ਕੀਤਾ ਜਾਵੇਗਾ। ਹਾਂ ਦੇਖੋ ਜੀ ਉਹ ਕਰ ਰਹੇ ਨੇ ਜੀ, ਬਹੁਤ ਵਧੀਆ ਗੱਲ ਹੈ ਜੇ ਕਰ ਰਹੇ ਆ, ਬਟ ਸਾਡਾ ਜਿਹੜਾ ਆਪਣਾ ਪ੍ਰੋਗਰਾਮ ਹੈ ਉਹ ਅਸੀਂ ਆਪਣੇ ਢੰਗ ਨਾਲ ਜੋ ਵੀ ਆਪਣਾ ਮੈਨੇਜ ਕਰ ਰਹੇ ਹਾਂ।
ਅਤੇ ਇੱਕ ਤਰੀਕ ਨੂੰ ਲੱਗਦਾ ਵਾ ਵੀ ਜਿੱਦਾਂ ਮਹਾਂ ਡਿਬੇਟ ਵਾਸਤੇ ਮੁੱਖ ਮੰਤਰੀ ਪੰਜਾਬ ਵੱਲੋਂ ਸੱਦਾ ਦਿੱਤਾ ਗਿਆ ਵਾ, ਦੂਜੀਆਂ ਪਾਰਟੀਆਂ ਦੇ ਵਿੱਚੋਂ ਹਾਲਾਂਕਿ ਅਕਾਲੀ ਦਲ ਵੱਲੋਂ ਵੀ ਹਜੇ ਕੋਈ ਜਵਾਬ, ਸਾਡੇ ਤਾਂ CM ਸਾਹਿਬ ਨੇ ਮਾਰਤੀ ਆ ਜਿਹੜੀ ਪੰਜਾਬੀ 'ਚ ਕਹਿ ਦਿੰਦੇ ਨਾ ਕਲੀਅਰ ਕੱਟ ਗੱਲ ਵੀ ਤਗੜੇ ਹੋ ਕੇ ਆ ਜਾਓ ਵੀ ਮੈਂ ਤਾਂ ਤਿਆਰ ਹਾਂ। ਜਿਹੜੀ ਰੋਜ਼ ਦੀ ਕਿਚ ਕਿਚ ਨੂੰ ਮਕਾਈਏ ਆਪਾਂ, ਠੀਕ ਹੈ ਜੀ, ਰੋਜ਼ ਕੋਈ ਨਾ ਕੋਈ ਮੁੱਦਾ, ਕੋਈ ਨਾ ਕੋਈ ਮੁੱਦਾ। ਉਹ ਕਹਿੰਦੇ ਮੈਂ ਦੱਸਣਾ ਚਾਹੁੰਦਾ ਵਾਂ ਵੀ ਇਹਨਾਂ ਨੇ 75 ਸਾਲਾਂ 'ਚ ਕੀ ਕੀਤਾ, ਸਾਨੂੰ ਤਾਂ ਡੇਢ ਦੋ ਸਾਲ ਹੋਏ ਬਣਿਆ, ਕਹਿੰਦੇ ਸਾਡੇ ਕੋਲ ਸਭ ਕੁਝ ਹੀ ਹੈ। ਬਟ ਆਓ ਮੈਂ ਦੱਸਾਂ, ਕਿਉਂਕਿ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਨੇ, ਲੋਕਾਂ ਨੂੰ ਮੁੱਦੇ ਜਿਹੜੇ ਨੇ ਅਨਸੈਸਰੀ ਮੁੱਦਿਆਂ ਦੇ ਵਿੱਚ ਉਲਝਾ ਰਹੇ ਨੇ। ਮੈਂ ਕਹਿੰਦਾ ਵੀ ਕੋਈ ਤਾਂ ਇੱਕ ਤਾਂ ਹੁੰਦੇ ਨਾ ਮੁੱਦੇ ਬਹੁਤ ਬਹੁਤ ਵਧੀਆ ਵੀ ਹੈ ਵੀ ਚਲੋ ਜੀ ਇਹ ਵਾਕਿਆ ਪੰਜਾਬ ਦੇ ਹਿੱਤ ਲਈ ਗੱਲ ਕਰਦੇ, ਬਹੁਤ ਘਟੀਆ ਕਿਸਮ ਦੀ ਰਾਜਨੀਤੀ 'ਤੇ ਉਤਰ ਚੁੱਕੇ ਨੇ। ਮੈਂ ਵੇਖਦਾ ਕਈ ਵਾਰੀ ਆ ਵੀਡੀਓ ਵੀ ਆਉਂਦੀਆਂ ਵੀ ਕਿਸ ਕਿਸ ਢੰਗ ਨਾਲ ਇਹ ਮਿਹਣੇ ਮਾਰਦੇ ਨੇ CM ਸਾਹਿਬ ਨੂੰ ਵੀ, ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ। ਸੋ ਕਹਿਣ ਦਾ ਭਾਵ ਦੇਖੋ ਉਹ ਦੇਣ ਕਿੰਨਾ ਦੀ ਆ, SYL ਦਾ ਮੁੱਦਾ ਅਸੀਂ ਥੋੜ੍ਹਾ ਚੁੱਕਿਆ, ਕਿੰਨਾ ਨੇ ਕੀਤਾ, ਕਿਹਦੀ ਸੋਨੇ ਚਾਂਦੀ ਦੀ ਕਹੀ ਸੀ, ਕਿੰਨੇ ਟੱਪ ਮਾਰਿਆ ਸੀ, ਕਿੰਨੇ ਪ੍ਰਵਾਨਗੀ ਦਿੱਤੀ ਸੀ, ਠੀਕ ਆ। ਹੁਣ ਇਹਨਾਂ ਦੇ ਜਿਹੜੇ ਕੰਡੇ ਨੇ ਉਹ ਤਾਂ ਅਸੀਂ ਚੁਗੰਦੇ ਹਾਂ ਜਿਹੜੇ ਬੀਜੇ ਹੋਏ। ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਾਡੇ 'ਚ ਸਾਡੀ ਪਾਰਟੀ 'ਚ ਇਮਾਨਦਾਰੀ ਆ, ਵਫਾਦਾਰੀ ਆ। ਵੇਖੋ 75 ਸਾਲਾਂ ਦਾ ਆਵਾ ਉੱਤਿਆ, ਠੀਕ ਹੈ, ਇਹਨੂੰ ਸਮਾਂ ਜ਼ਰੂਰ ਲੱਗਦਾ, ਪਰ ਆਪਾਂ ਸਿਰਜ ਰਹੇ ਹਾਂ ਇਹਨੂੰ ਵਧੀਆ ਢੰਗ ਨਾਲ ਲੀਹ 'ਤੇ ਲੈ ਕੇ ਆਉਂਦੇ। ਦੇਖੋ ਜੀ ਇੱਕ ਗੱਲ ਤਾਂ ਕਲੀਅਰ ਆ, ਜਿਹੜਾ ਬੰਦਾ ਗਲਤ ਕਰੂਗਾ ਨੈਚੁਰਲੀ, ਭਾਵੇਂ ਕੋਈ ਵੀ, ਭਾਵੇਂ ਸਾਡੀ ਆਪਣੀ ਪਾਰਟੀ ਦਾ ਵੀ ਹੋਵੇ, ਉਹਦਾ ਖਾਮਿਆਜਾ ਜਿਹੜਾ ਉਹਨੂੰ ਭੁਗਤਣਾ ਪੈਣਾ, ਜਿਹੜਾ ਵੀ ਕੋਈ ਗੱਲ। ਠੀਕ ਹੈ ਜੀ, ਥੈਂਕ ਯੂ।